ਜਿਹੜਾ ਜੀਪ ਦੇ ਮਗਰ ਲੱਗ ਜਾਂਗੇ ਆਪਾਂ ਸਾਰੇ ਬਜਾ ਕੇ ਸਾਰੇ ਪ੍ਰਸ਼ਾਸਨ ਨੂੰ ਉੱਤੇ ਇਹਨਾਂ ਨੂੰ ਦਿਖਾ ਸਕੀਏ। ਬਰਨਾਲਾ ਸ਼ਹਿਰ ਮੁਕੰਮਲ ਤੌਰ ਤੇ ਬੰਦ ਰਹੇਗਾ। ਕੋਈ ਵੀ ਮੇਰਾ ਵੀਰ ਕਿਸੇ ਤਰ੍ਹਾਂ ਦੇ ਕਾਰੋਬਾਰ ਕਰਦੇ ਨੇ, ਹਲਵਾਈਆਂ ਕਰਦੇ ਨੇ, ਰੋੜੀਆਂ ਲਾਉਂਦੇ ਨੇ, ਸਬਜ਼ੀ ਦਾ ਕੰਮ ਕਰਦੇ ਨੇ, ਵਪਾਰ ਮੰਡਲ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀਆਂ ਦੁਕਾਨਾਂ ਕੱਲੀਆਂ ਕੱਲੀਆਂ ਦੁਕਾਨਾਂ ਜਿਹੜਾ ਦੰਦ ਦਾ ਕਾਰਨ ਹੈ ਵਪਾਰੀਆਂ ਦਾ ਵਪਾਰ ਮੰਡਲ ਵੱਲੋਂ, ਉਹ ਜਿਹੜਾ ਇਮੀਗ੍ਰੇਸ਼ਨ ਵਾਲਾ ਚੱਲਦਾ ਹੈ ਬਾਂਸਲ ਟਾਇਰ ਵਾਲਾ, ਉਹਦੇ ਸੰਬੰਧ 'ਚ ਹੈ। ਉਹਦੇ ਵਿੱਚ ਕਿਸਾਨ ਜਥੇਬੰਦੀ ਮਤਲਬ ਕਿ ਇਹਨਾਂ ਨਾਲ ਧੱਕਾ ਕਰਦੀ ਹੈ, ਨਜਾਇਜ਼ ਤੌਰ 'ਤੇ ਧਰਨੇ ਲਾਉਂਦੀ ਹੈ, ਅਤੇ ਤੰਗ ਪਰੇਸ਼ਾਨੀ ਦਾ ਚੱਲਦਾ। ਬੱਚੇ ਦੋਨੇ ਇੰਗਲੈਂਡ ਯੂਕੇ 'ਚ ਸੈੱਟ ਨੇ, ਆਪਦਾ ਕੰਮ ਕਰ ਰਹੇ ਨੇ, ਲੀਗਲ ਨੇ, ਲੇਕਿਨ ਉਹ ਜੋ ਪਤਾ ਲੱਗਿਆ ਸੂਤਰਾਂ ਤੋਂ ਵੀ ਉਹਨਾਂ ਨੇ ਉਹਨਾਂ ਤੋਂ ਨਾ ਕੋਈ ਪੈਸਾ ਦੀ ਸੈਟਿੰਗ ਕਰਕੇ ਫੇਰ ਧਰਨੇ ਲਾਉਂਦੇ ਆ। ਨਾਲੇ ਜਿਹੜੀ ਕਿਸਾਨ ਯੂਨੀਅਨ ਨੇ ਉਹਨਾਂ ਦੇ ਆਪਦੇ ਮੈਨੀਫੈਸਟੋ ਨੇ ਕਿਸਾਨੀ ਦੇ ਮੁੱਦੇ ਨੂੰ ਲੈ ਕੇ ਆ, ਕੋਈ ਕਿਸੇ ਤੋਂ ਪੈਸੇ ਦਵਾਉਣੇ ਜਾਂ ਹੋਰ ਦਵਾਉਣੇ ਉਹ ਉਹਨਾਂ ਦੇ ਵਿੱਚ ਨਹੀਂ ਹੈਗੇ। ਇਹ ਸਰਾਸਰ ਗਲਤ ਹੈ। ਇਹਦੇ ਵਾਸਤੇ ਕਾਨੂੰਨ, ਸਰਕਾਰਾਂ, ਪੁਲਿਸ, ਡੀ ਸੀ ਸਾਹਿਬ ਬੈਠੇ ਨੇ, ਪ੍ਰਸ਼ਾਸਨ ਹੈਗਾ, ਉਹਨਾਂ ਕੋਲ ਜਾ ਕੇ ਕੰਪਲੇਂਟ ਕਰਨ, ਜਿਹਦੀ ਕੋਈ ਗਲਤੀ ਆ ਉਹ 'ਤੇ ਕਾਰਵਾਈ ਹੋ ਜੂਗੀ। ਅਤੇ ਲੇਕਿਨ ਇਹ ਮਤਲਬ ਕਿ ਆਪਦੀਆਂ ਪੈਰਲਰ ਸਰਕਾਰਾਂ ਚਲਾ ਰਹੇ ਨੇ, ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਅਤੇ ਅਫਸਰਾਂ ਨੂੰ ਕੁਝ ਸਮਝਦੇ ਨਹੀਂ। ਆਪਦਾ ਧੱਕੇ ਨਾਲ ਗੁੰਡਾ ਰਾਜ ਨਾਲ ਧਰਨੇ ਲਾ ਕੇ ਦਬਾ ਕੇ ਬਲੈਕਮੇਲ ਕਰਕੇ ਵਪਾਰੀਆਂ ਨੂੰ ਡਰਾ ਕੇ ਪੈਸੇ ਲੈਂਦੇ ਨੇ ਜਾਂ ਲੈਣਾ ਚਾਹੁੰਦੇ ਨੇ, ਅਤੇ ਇਹ ਸਰਾਸਰ ਗਲਤ ਹੈ। ਇਹਦੇ ਵਾਸਤੇ ਅੱਜ ਵਪਾਰੀਆਂ ਨੇ ਅੱਜ ਸਾਰਾ ਬਰਨਾਲਾ ਬੰਦ ਕਰਕੇ ਰੋਸ ਪ੍ਰਦਰਸ਼ਨ ਜਿਹੜਾ ਤੁਹਾਡੇ ਸਾਹਮਣੇ ਚੱਲ ਰਿਹਾ। ਸਾਡਾ ਇਹ ਰੋਸ ਵਪਾਰੀਆਂ ਦਾ, ਜਿਹੜਾ ਸਮਾਜ ਦਾ ਰੋਸ ਆ, ਇਹ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਆ, ਕਿਉਂਕਿ ਸਰਕਾਰ ਅਤੇ ਪ੍ਰਸ਼ਾਸਨ ਦੀ ਸਹਿਤ 'ਤੇ ਇਹ ਜਿਹੜੀ ਅਖੌਤੀ ਯੂਨੀਅਨਾਂ ਨੇ ਕਿਸਾਨਾਂ ਦੀਆਂ ਉਹ ਲੱਗੀਆਂ ਹੋਈਆਂ ਨੇ। ਕਿਸਾਨਾਂ ਦਾ ਮੁੱਦਾ ਵਾ ਕਿਸਾਨੀ ਦਾ, ਕਿਸਾਨੀ ਦਾ ਮੁੱਦਾ ਤੁਸੀਂ ਕਰੋ, MSP ਦੀ ਮੰਗ ਕਰੋ, ਪਰਾਲੀ ਦੀ ਮੰਗ ਕਰੋ, ਜਿਹੜੀਆਂ ਮੰਗਾਂ ਕਰੋ, ਪਰ ਤੁਸੀਂ ਜਿਹੜੀਆਂ ਹਿੰਦੂਆਂ ਦੇ ਉੱਤੇ, ਧਰਮ ਦੇ ਉੱਤੇ, ਵਪਾਰੀਆਂ ਦੇ ਉੱਤੇ ਜਿਹੜੀ ਇੱਕ ਖਾਸ ਤੁਸੀਂ ਨੀਤੀ ਬਣਾ ਲਈ, ਤੁਸੀਂ ਵਪਾਰੀਆਂ ਦਾ, ਤੁਸੀਂ ਕਿਸਾਨੀ ਮੁੱਦਾ ਚੱਕਦੇ ਚੱਕਦੇ ਵਪਾਰੀਆਂ 'ਤੇ ਆ ਗਏ। ਵਪਾਰੀਆਂ ਤੁਹਾਡਾ ਕੀ ਮੁੱਦਾ? ਵਪਾਰੀਆਂ ਦਾ ਮੁੱਦਾ ਵਾ ਵਪਾਰੀ ਨਿਪਟਣਗੇ ਆਪਦੇ। ਤੁਸੀਂ ਸਾਰਾ ਕਾਨੂੰਨ ਆਪਣੇ ਹੱਥ 'ਚ ਲੈ ਲਿਆ, ਪੁਲਿਸ ਨੂੰ ਤੁਸੀਂ ਨਹੀਂ ਮੰਨਦੇ, ਕੋਰਟ ਨੂੰ ਤੁਸੀਂ ਨਹੀਂ ਮੰਨਦੇ, ਸਾਰਾ ਕਾਨੂੰਨ ਤੁਹਾਡੇ ਹੱਥ ਦਾ। ਤੁਸੀਂ ਕਹਿੰਦੇ ਅਸੀਂ ਆਪਦੇ ਡਾਂਗ 'ਤੇ ਸਾਰਾ ਫੈਸਲਾ ਕਰਾਂਗੇ, ਸਾਡੇ ਕੋਲ ਆਓ, ਸਾਰੇ ਫੈਸਲੇ ਅਸੀਂ ਕਰਾਂਗੇ। ਜੇ ਸਾਰੇ ਫੈਸਲੇ ਉਹਨਾਂ ਨੇ ਕਰਨਾ ਅਤੇ ਪ੍ਰਸ਼ਾਸਨ ਨੇ ਆਪਣੇ ਥਾਣੇ ਅਤੇ ਕੋਰਟ ਬੰਦ ਕਰ ਦੇਣ, ਅਤੇ ਅਸੀਂ ਸਾਰੇ ਰਲ ਕੇ ਉਹਨਾਂ ਕੋਲ ਜਾ ਕਰਾਂਗੇ। ਸਾਡੀ ਸਿੱਧੀ ਸਿੱਧੀ ਮੰਗ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਤੋਂ ਆ ਕਿ ਇਹੋ ਜਿਹੇ ਅਖੌਤੀ ਕਿਸਾਨ ਹੋਣ 'ਤੇ ਨੱਥ ਪਾਉਣ, ਨਹੀਂ ਤਾਂ ਸਾਰਾ ਵਪਾਰੀ ਸਮਾਜ ਅੱਜ ਬਾਹਰ ਨਿਕਲਿਆ ਵਾ। ਅੱਜ ਬਰਨਾਲੇ ਅੰਦੋਲਨ ਹੋ ਰਿਹਾ, ਕੱਲ੍ਹ ਸਾਰੇ ਪੰਜਾਬ ਦੇ ਵਿੱਚ ਹੋਊਗਾ। ਅੱਜ ਜੀ ਰੋਸ ਬਹੁਤ ਜ਼ਿਆਦਾ ਵਧਿਆ ਹੋਇਆ ਜੀ, ਜਿਵੇਂ ਕਹਿੰਦੇ ਹੁੰਦੇ ਆਪ ਦਾ ਘੜਾ ਭਰਦੇ ਭਰਦੇ ਭਰ ਜਾਂਦਾ ਹੈ, ਅੱਜ ਉਹੀ ਕੰਮ ਬਰਨਾਲੇ ਹੋਇਆ ਪਿਆ ਜੀ। ਲੋਕ ਦੁਖੀ ਹੁੰਦੇ ਹੁੰਦੇ, ਵਪਾਰੀ ਇੰਨੇ ਜ਼ਿਆਦਾ ਦੁਖੀ ਹੋ ਚੁੱਕੇ ਹੈ ਇਹਨਾਂ ਕਿਸਾਨ ਯੂਨੀਅਨਾਂ ਦੇ ਇਹ ਅਖੌਤੀ ਬੰਦਿਆਂ ਤੋਂ, ਕਿ ਇਹ ਲੋਕ ਅੱਜ ਕਹਿੰਦੇ ਅਸੀਂ ਆਪਦੇ ਚਾਹੇ ਵਪਾਰ ਸਾਨੂੰ ਬੰਦ ਕਰਨਾ, ਜਿੰਨੀ ਮਰਜ਼ੀ ਦਿਨ ਬੰਦ ਕਰਨਾ ਪਵੇ, ਬਸ ਇਹ ਲੋਕਾਂ ਨੂੰ ਦੁਬਾਰਾ ਅਸੀਂ ਬਰਨਾਲੇ ਬਣਨ ਨਹੀਂ ਦੇਣਾ। ਜਿਸ ਤਰ੍ਹਾਂ ਕਿਸਾਨ ਜਥੇਬੰਦੀ ਕਿਹੜੀ ਜਥੇਬੰਦੀ ਤੰਗ ਕਰਦੀ ਕਿ ਪੰਜਾਬ ਤੰਗ ਕਰਦੀ? ਕਿਸਾਨ ਜਥੇਬੰਦੀ ਵੀ ਬਹੁਤ ਵਿੱਚ ਵਧੀਆ ਵੀ ਹਨ ਜੀ, ਅਸੀਂ ਕਿਸਾਨਾਂ ਦੇ ਦੁਸ਼ਮਣ ਨਹੀਂ ਹਾਂ, ਅਸੀਂ ਹਿਤੈਸ਼ੀ ਹਾਂ। ਜਦੋਂ ਕਿਸਾਨ ਜਥੇਬੰਦੀਆਂ ਦਿੱਲੀ ਜਾ ਕੇ ਧਰਨਾ ਲਾ ਰਹੀਆਂ ਸੀ, ਉਦੋਂ ਵਪਾਰੀਆਂ ਨੇ ਬਹੁਤ ਜ਼ਿਆਦਾ ਇਹਨਾਂ ਨਾਲ ਸਾਥ ਦਿੱਤਾ ਸੀ, ਪਰ ਇਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਕਿਸਾਨ ਵੀ ਹਨ ਜੋ ਇਸ ਨੂੰ ਹੁਣ ਬਿਜ਼ਨਸ ਬਣਾ ਚੁੱਕੇ ਹਨ। ਅੱਗੇ ਫਿਲਮਾਂ 'ਚ ਦੇਖਦੇ ਹੁੰਦੇ ਸੀ ਕਿ ਕੋਈ ਡੌਨ ਬਣ ਕੇ ਆ ਗਿਆ, ਉਹ ਕਹਿੰਦੇ ਤੁਸੀਂ ਕੋਈ ਗੱਲ ਹੁੰਦੀ ਹੈ ਮੇਰੇ ਕੋਲ ਆਓ। ਅੱਜ ਦੇ ਉਹ ਡੌਨ ਇਹ ਕਿਸਾਨ ਯੂਨੀਅਨ ਦੇ ਰੂਪ ਦੇ ਵਿੱਚ ਬਹੁਤੇ ਬੰਦੇ ਇਹੋ ਜਿਹੇ ਹੈ।